ਅਸੀਂ ਅੱਜ ਰੈੱਡ ਕਰੋਸ ਅਤੇ ਅੱਜ ਇਹਨਾਂ ਦੇ ਨਾਲ ਧਨਵੰਤਰੀ ਹਰਬਲਸ ਦੇ ਐਸੋਸੀਏਸ਼ਨ ਦੇ ਨਾਲ ਅਤੇ ਬਾਬਾ ਦੀਪ ਸਿੰਘ ਸੁਸਾਇਟੀ ਜੀ ਦੇ ਨਾਲ ਰਲ ਕੇ ਅੱਜ ਜ਼ਿਲ੍ਹੇ ਦੀ ਦੂਜੀ ਸਾਂਝੀ ਰਸੋਈ ਰੈੱਡ ਕਰੋਸ ਦੇ ਸਹਿਯੋਗ ਨਾਲ ਖੋਲ੍ਹੀ ਹੈ। ਪਹਿਲਾਂ ਅਸੀਂ ਇੱਕ ਬੱਸ ਸਟੈਂਡ ਦੇ ਵਿੱਚ ਵੀ EMC ਹਸਪਤਾਲ ਨਾਲ ਅਸੀਂ ਓਪਰੇਸ਼ਨਲ ਕਰਾਈ ਸੀਗੀ। ਮੇਨ ਇੱਥੇ ਜਿਹੜੇ ਹੈਗੇ ਅਸੀਂ ਬਹੁਤ ਜ਼ਿਆਦਾ ਧੰਨਵਾਦੀ ਹਾਂ ਸਾਡੇ ਸਪੋਂਸਰ ਦੇ ਜਿਹੜੇ, ਕਿਉਂਕਿ ਇਹਦੇ ਵਿੱਚ ਅਸੀਂ ਦੇਖ ਰਹੇ ਹਾਂ 10 ਰੁਪਏ ਦੇ ਵਿੱਚ ਅਸੀਂ ਖਾਣਾ ਮੁਹੱਈਆ ਕਰਾਵਾਂਗੇ ਐਂਡ ਜਿਹੜਾ ਵੀ ਕੋਈ ਡੈਫੀਸਿਟ ਮਾੜਾ ਮੋਟਾ ਆਉਂਦਾ ਹੈ ਉਹ ਫਿਰ ਜਿਹੜੇ ਹੈਗੇ ਸਾਡੇ ਸਪੋਂਸਰ ਇਹਦੇ ਵਿੱਚ ਹੈ। ਮੇਨ ਸਪੋਂਸਰ ਦੀ ਔਨਬੋਰਡਿੰਗ ਕਰਕੇ ਹੈ ਵੀ ਮੇਰਾ ਇਹ ਹੈਗਾ ਵੀ ਇੱਦਾਂ ਨਹੀਂ ਵੀ DC ਦੀ ਟ੍ਰਾਂਸਫਰ ਹੋ ਗਈ ਅਤੇ ਸਾਂਝੀ ਰਸੋਈ ਬੰਦ ਹੋ ਗਈ। ਹੁਣ ਸਪੋਂਸਰ ਦੀ ਔਨਬੋਰਡਿੰਗ ਦਾ ਕਰਕੇ ਤਾਂ ਮੇਰਾ ਇਹਨਾਂ 'ਤੇ ਇਹੀ ਵਿਸ਼ਵਾਸ ਹੈ ਵੀ ਜਦੋਂ ਤੱਕ ਅਸੀਂ ਇਹ ਮਤਲਬ ਮੈਂ 10 ਸਾਲ ਬਾਅਦ ਆਵਾਂ ਅਤੇ ਇਹ ਸਾਂਝੀ ਰਸੋਈ ਚੱਲਦੀ ਹੋਵੇ। ਜੇਕਰ ਕੋਈ ਦਿੱਕਤ ਵੀ ਆਈ ਤਾਂ ਇਹ ਵੀ ਨਹੀਂ ਹੈ, ਕਿਉਂਕਿ ਬਹੁਤ ਵੱਡੀ ਅਮਾਊਂਟ ਨਹੀਂ ਹੈ, ਕੋਈ 10-15 ਹਜ਼ਾਰ ਮਹੀਨੇ ਦੇ ਪਾਣਾ। ਬਹੁਤ ਬੰਦੇ ਲੋਕ ਨੇ, ਮੇਨ ਹੈ ਵੀ ਇਹ ਜਿਹੜੇ ਬਾਬਾ ਦੀਪ ਸਿੰਘ ਜੀ ਸੁਸਾਇਟੀ ਹੈ ਇਹ ਵੀ ਲਗਾਤਾਰ ਕੰਮ ਕਰਦੀ ਰਹੇ। ਨਹੀਂ ਤਾਂ ਮੈਨੂੰ ਪਤਾ ਕਿਸੇ ਟਾਈਮ ਕੋਵਿਡ ਤੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਹਰ ਜ਼ਿਲ੍ਹੇ ਦੇ ਵੀ ਸਾਂਝੀ ਰਸੋਈਆਂ ਚੱਲਦੀ ਸੀਗੀਆਂ, ਕੋਰੋਨਾ ਦੇ ਟਾਈਮ ਬੰਦ ਹੋ ਗਈ, ਉਸ ਤੋਂ ਬਾਅਦ ਫਿਰ ਕਦੇ ਚਾਲੂ ਹੀ ਨਹੀਂ ਹੋਈ। ਸੋ ਇਹ ਓਵਰਆਲ ਪਰਪਸ ਹੈ ਵੀ ਰੋਜ਼ ਇੱਥੇ 100 ਬੰਦਿਆਂ ਦਾ ਖਾਣਾ ਹੋਵੇ। ਇੱਥੇ ਅਸੀਂ ਬੱਸ ਸਟੈਂਡ ਦੇ ਵਿੱਚ ਵੀ ਚਾਲੂ ਕੀਤੀ, ਅੱਗੇ ਵੀ ਮੈਂ ਸੈਕਰੇਟਰੀ ਰੈੱਡ ਕਰੋਸ ਨੂੰ ਕਿਹਾ 1 ਲੋਕੇਸ਼ਨ 2 ਲੋਕੇਸ਼ਨ ਹੋਰ ਲੱਭ ਲਓ, ਅਸੀਂ ਜਿੱਦਾਂ ਜਿੱਦਾਂ ਸਪੋਂਸਰ ਲੱਭਦੇ ਰਹਾਂਗੇ ਅਸੀਂ ਖਾਣਾ ਖਵਾਉਂਦੇ ਰਹਾਂਗੇ। ਮੈਨੂੰ ਲੱਗਦਾ ਇਹ ਸਾਰਾ ਜਿਹੜਾ ਹੈਗਾ ਇਹ ਪੁੰਨ ਦਾ ਕੰਮ ਹੈ ਐਂਡ ਮੈਨੂੰ ਲੱਗਦਾ ਇਹ ਸਾਰੇ ਨਾ ਸਾਰਿਆਂ ਦੇ ਸਭ ਤੋਂ ਵੱਡਾ ਸਪੋਂਸਰਸ ਨੇ ਵੀ ਆਪਣਾ ਜਿਹੜੇ ਹੈ ਕਰਮ ਠੀਕ ਕਰ ਲੈਣੇ ਆ। ਲੋਕੇਸ਼ਨ ਬਹੁਤ ਮੈਟਰ ਕਰਦੀ ਹੈ, ਲੋਕੇਸ਼ਨ ਬਹੁਤ ਚੁਣ ਕੇ ਜਿਹੜੀ ਕਿੱਥੇ। ਸੋ ਮੈਨੂੰ ਮੈਂ ਸਮਝਦਾ ਇਹਦੇ ਵਿੱਚ ਜਦੋਂ ਵੀ ਤੁਸੀਂ ਇਹਦੇ ਵਿੱਚ 3-4 ਰੋਲ ਹੈ ਕਿ ਸਪੋਂਸਰ ਬਹੁਤ ਹੈ, ਸਪੋਂਸਰ ਪੈਸੇ ਦੇਣ ਨੂੰ ਰੈਡੀ ਹੈ, ਬਟ ਸਾਨੂੰ ਇਹ ਹੁੰਦਾ ਵੀ ਮਿਹਨਤ ਕੌਣ ਕਰੂਗਾ। ਤਾਂ ਉਹ ਬਾਬਾ ਦੀਪ ਸਿੰਘ ਜੀ ਸੁਸਾਇਟੀ ਹੈ, ਸਾਡਾ ਕੀ ਰੋਲ ਰਹਿੰਦਾ? ਸਰਕਾਰ ਦਾ ਲੋਕੇਸ਼ਨ ਦਿਓ, ਥਾਂ ਲੱਭੋ, ਨਹੀਂ ਤਾਂ ਥਾਂ ਇੱਕ ਕਿਸੇ ਦੇ ਲੋਕੇਸ਼ਨ ਲੱਭਣੀ ਬੜੀ ਔਖੀ ਹੋ ਜਾਂਦੀ ਹੈ, ਨਹੀਂ ਤਾਂ ਲੋਕੇਸ਼ਨ ਦਾ ਰੈਂਟ ਇੰਨਾ ਹੋ ਜਾਂਦਾ ਕਿ ਤੁਹਾਨੂੰ ਪੜਤਾ ਨਹੀਂ ਖਾਦਾ। ਤਾਂ ਅਦਰਵਾਈਜ਼ ਉਹ ਸਾਡਾ ਰੋਲ ਹੈ ਐਂਡ ਰੈੱਡ ਕਰੋਸ ਇਹਨਾਂ ਨੂੰ ਨਾਲ ਲੈ ਕੇ ਆ ਰਹੀ ਹੈ ਐਂਡ ਇਹ ਅਸੀਂ ਅੱਗੇ ਵੀ ਜਾਰੀ ਰੱਖਾਂਗੇ। ਐਂਡ ਮੇਨਲੀ ਅੱਜ ਚਾਲੂ ਕਰਨਾ ਨਹੀਂ, ਦੇਖੋ ਇਹਦੇ ਵਿੱਚ ਚਾਲੂ ਤਾਂ ਚਲੋ ਹੋ ਗਿਆ ਬਟ ਇਹ ਚੀਜ਼ ਸਸਟੇਨ ਰਹੇ। ਸਾਡਾ ਇਹ ਹੈਗਾ ਵੀ ਜਦੋਂ ਤੱਕ ਮੈਂ ਜਿਉਂਦਾ ਆ ਰਹਿਣੀ ਚਾਹੀਦੀ, ਚਾਹੇ ਮੇਰੀ ਪੋਸਟਿੰਗ ਚੰਡੀਗੜ੍ਹ ਹੋਵੇ, ਜਿਹੜਾ ਮੈਂ ਅਗਲੇ DC ਨੂੰ ਵੀ ਪੁੱਛਦੇ ਰਹਿਣਾ, ਸੈਕਰੇਟਰੀ ਸਾਹਿਬ ਨੂੰ ਵੀ ਐਂ ਕਹਿ ਕੇ ਜਾ ਰਹੇ, ਤਾਂ ਵੈਸੇ ਵੀ ਮੇਰੇ ਕਲੀਗ ਸੀਗੇ ਹੁਣ ਸੁਪਰ ਐਨੂਏਟ ਹੋ ਰੱਖੇ, ਮੈਂ ਕਿਹਾ ਜਦੋਂ ਤੱਕ ਅਸੀਂ ਜਿਉਂਦੇ ਹਾਂ ਇਹ ਚੱਲਦੀ ਰਹਿਣੀ ਚਾਹੀਦੀ ਹੈ। ਕੋਈ ਹੋਰ ਜਿਹੜਾ ਕਿ ਜੇ ਕਰਨਾ ਚਾਹੇ ਸਹਿਯੋਗ ਤਾਂ ਉਹ ਕਿਸਾਂ ਕਰ ਸਕਦਾ, ਉਹਦਾ ਕੀ ਪ੍ਰੋਸੀਜਰ ਹੋਏਗਾ ਜੀ? ਉਹ ਇਹਦੇ ਵਿੱਚ ਸੈਕਰੇਟਰੀ ਰੈੱਡ ਕਰੋਸ ਕੋਲ ਤੁਸੀਂ ਹੈ, ਮੈਂ ਇਹ ਵੀ ਅਪੀਲ ਕਰਾਂਗਾ ਵੀ ਲੋਕ ਆਪਣਾ ਕੋਈ ਕਿਤੇ ਕੋਈ ਜਨਮ ਦਿਨ ਮਨਾ ਰਿਹਾ ਇੱਥੇ 1 ਦਿਨ ਦਾ ਖਾਣਾ ਸਪੋਂਸਰ ਕਰ ਦੇਵੇ, ਕਿਉਂਕਿ ਇੱਥੇ ਟਿਪੀਕਲ ਜਿਹੜਾ ਮੈਨੂੰ ਦੱਸਿਆ 10 ਰੁਪਏ ਅਸੀਂ ਚਾਰਜ ਕਰਦੇ ਹਾਂ, ਇੱਥੇ 17 ਰੁਪਏ ਦੀ ਕੋਸਟਿੰਗ ਹੈ ਜੀ। ਅਤੇ ਮੰਨ ਲਓ ਤੁਹਾਡੇ ਜਿੰਨਾ ਵੀ ਸ਼ਾਰਟਫਾਲ ਹੈ ਕਿਸੇ ਦਿਨ ਆ ਕੇ ਜਿਹੜੀ ਉਹ ਹੈਗੇ ਉਹ ਸਪੋਂਸਰ ਕਰ ਦੇਣ, ਆਪਣੇ ਕਿਸੇ ਦਾ ਹੋਰ ਬਰਸੀ ਹੁੰਦੀ ਹੈ ਉਹਦੇ ਉੱਤੇ, ਸੋ ਇਹ ਇੱਕ ਲੋਕਾਂ ਦਾ ਉਹ ਬਣਿਆ ਰਹੇ। 7 ਰੁਪਏ ਦੀ ਐਡਜਸਟਮੈਂਟ ਕੌਣ ਕਰੇ? ਉਹ ਇਸ ਟਾਈਮ ਜਿੱਦਾਂ ਅੱਜ ਅਸੀਂ ਸਪੋਂਸਰ ਰੱਖੇ ਇਸ ਲੋਕੇਸ਼ਨ ਲਈ ਧਰਵੰਤਰੀ ਹਰਬਲ ਜੀ ਕਰ ਰਹੇ ਹੈ, ਇਹਨਾਂ ਦੇ ਅੱਜ ਆਏ ਹੋਏ ਨੇ ਮਿਸਟਰ JP ਜੀ, ਇਹਨਾਂ ਦੇ ਬੇਟੇ ਮਿਸਟਰ ਰਵੀ ਵੀ ਇੱਥੇ ਹੀ ਨੇ। ਬੱਸ ਸਟੈਂਡ ਜਿਹੜਾ ਐਸਾ ਕੀਤਾ ਸੀਗਾ ਉੱਥੇ EMC ਹਸਪਤਾਲ ਵਾਲੇ ਸਪੋਂਸਰ ਕਰ ਰਹੇ ਹੈ। ਸੋ ਮੇਨਲੀ ਇਹ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਰੈੱਡ ਕਰੋਸ ਦੇ ਵਿੱਚ ਵੀ ਹੋਰ ਵੀ ਕਮਿਟਮੈਂਟਸ ਹੁੰਦੀਆਂ ਨੇ, ਤਾਂ ਫਿਰ ਇਹ ਅਸੀਂ ਇੱਕ ਡੈਡੀਕੇਟਿਡ ਸਪੋਂਸਰ ਲੱਭ ਕੇ ਕਰਦੇ ਤਾਂ ਕਿ ਇਹ ਉਪਰਾਲਾ ਕਦੇ ਬੰਦ ਨਾ ਹੋਵੇ। ਵਿੱਚ ਚਲੋ ਕਦੇ ਕੋਈ ਹੋ ਗਿਆ ਤਾਂ ਰੈੱਡ ਕਰੋਸ ਵੀ ਕਰ ਦੂਗੀ ਐਂਡ ਇਟ ਇਜ਼ ਕੋਈ ਬਹੁਤ ਜ਼ਿਆਦਾ ਮੇਜਰ ਕਮਿਟਮੈਂਟ ਨਹੀਂ ਹੁੰਦੀ। ਖਾਸਕਰ ਮੈਂ ਸਮਝਦਾ 17 ਰੁਪਏ ਦੇ ਵਿੱਚ ਰੋਜ਼ ਦੀ ਤੁਸੀਂ ਥਾਲੀਆਂ ਲਾ ਰਹੇ ਹੋ, ਮਹੀਨੇ ਦਾ ਸ਼ਾਇਦ 10-15 ਹਜ਼ਾਰ ਦੀ ਕੰਟਰੀਬਿਊਸ਼ਨ ਨਾਲ ਤੁਹਾਡਾ ਕੰਮ ਚੱਲ ਜਾਏਗਾ। ਪਾਣੀ ਦਾ ਇੰਤਜ਼ਾਮ ਰਹੇਗਾ? ਹਾਂਜੀ ਹਾਂਜੀ, ਸਭ ਕਰਾ ਦਾਂਗੇ ਜੀ, ਜਿੱਦਾਂ ਜਿੱਦਾਂ ਡਿਮਾਂਡ ਹੈ ਪਾਣੀ ਵਗੈਰਾ ਸਭ ਕਰਾਵਾਂਗੇ ਅਸੀਂ। ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ, ਬਾਕੀ ਹੋਰ ਐਡੀਸ਼ਨਲ ਇਨਫਰਾਸਟ੍ਰਕਚਰ ਵੀ, ਲਾਸਟ ਟਾਈਮ ਵੀ ਜਦੋਂ ਅਸੀਂ ਬੱਸ ਸਟੈਂਡ ਖੋਲ੍ਹ ਗਏ ਅਤੇ ਬਾਅਦ 'ਚ ਉੱਥੇ ਸੀਗੀ ਜੀ ਚੇਅਰਸ ਦੀ ਡਿਮਾਂਡ ਸੀਗੀ, ਉਹ ਕੋਕਾ-ਕੋਲਾ ਨੇ ਸਪੋਂਸਰ ਕਰਕੇ ਭੇਜ ਦਿੱਤੀਆਂ ਸਾਨੂੰ। ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ, ਮੈਨੇਜਿੰਗ ਡਾਇਰੈਕਟਰ ਹੈਗਾ ਇਹ, ਸਾਡੇ ਕੋਲ 2 ਮਹੀਨੇ ਪਹਿਲੇ DC ਸਾਹਿਬ
ਆਪਣਾ ISN ਇਹਨਾਂ ਨੇ ਡਿਜ਼ਾਇਰ ਕੀਤੀ ਸੀ ਕਿ ਅਸੀਂ ਫਾਰਮਾਸੂਟੀਕਲ ਕੰਸਰਨ ਦੇਖਣਾ ਚਾਹੁੰਦੇ ਹਾਂ ਅਤੇ ਨਾ ਕਲਾਂ ਉਹ ਏਰੀਏ 'ਚ ਸਾਡਾ ਕਾਰਖਾਨਾ ਹੈਗਾ, ਉੱਥੇ ISN ਇਹਨੇ ਕਾਰਖਾਨਾ ਦੇਖਿਆ ਔਰ ਬੜਾ ਅੱਛਾ ਇਹਨਾਂ ਨਾਲ ਕੀ ਕਹਿੰਦੇ ਨੇ ਜਿਹੜਾ ਇਹਨਾਂ ਦਾ ਸੂਝ ਬੂਝ ਇਹਨਾਂ ਨਾਲ ਮਿਲ ਕੇ ਇਹਨਾਂ ਦੀ ਜਿਹੜੀ ਗੱਲਬਾਤ ਸੀ ਔਰ ਮੈਂ ਇਹਨਾਂ ਨੂੰ ਜਾਣਦਿਆਂ ਇਹਨਾਂ ਜਿਸ ਵੇਲੇ ਇਹਨਾਂ ਨੇ ਸਾਡਾ ਪਰਮਿਸ਼ਨ ਲੀਵ ਕੀਤਾ ਨਾ ਅਤੇ ਮੈਂ ਇਹਨਾਂ ਦਾ ਥੈਂਕਸ ਕੀਤਾ, ਇਹਨਾਂ ਨੇ ਰਿਵਰਟ ਬੈਕ ਕੀਤਾ ਕਿ ਕੀ ਕਹਿੰਦੇ ਨੇ ਔਰ ਵਾਰਡ ਮੇਰੇ ਗੌਰ ਜਗਰਾ ਕਿਉਂਕਿ ਏਜ ਦੇਖ ਕੇ ਇਹਨਾਂ ਨੇ ਬਕਾਇਦਾ ਮੈਨੂੰ ਸਰ ਲਿਖਿਆ ਔਰ ਸਾਰਾ ਕੁਛ ਕੀਤਾ। ਮੈਂ ਕਿਹਾ ਯਾਰ ਬੰਦੇ ਬਹੁਤ ਅੱਛੇ ਨੇ, ਡੀ ਸੀ ਸਾਹਿਬ ਬਹੁਤ ਅੱਛੇ, ਕਿਉਂਕਿ ਮੇਰਾ ਵੀ ਕਾਫੀ ਏਜ ਹੋ ਗਈ ਔਰ ਸੋਸ਼ਲ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੈਂ ਸੋਸ਼ਲ ਵਰਕਰ ਰਿਹਾ ਅਤੇ ਕਾਫੀ ਲੋਕਾਂ ਨਾਲ ਬਾਹਰ ਰਿਹਾ, ਪਰ ਮੈਂ ਥੋੜ ਸਾਹਿਬ ਵਰਗਾ ਆਪਣਾ ਡੀ ਸੀ ਨਹੀਂ ਦੇਖਿਆ ਕਿ ਜਿਹੜਾ ਕੀ ਕਹਿੰਦੇ। ਦੇਖੋ ਹਰ ਇੱਕ ਚੀਜ਼ ਨੂੰ ਪ੍ਰੋਜੈਕਟ ਨੂੰ ਕੰਸੀਵ ਕਰਨਾ ਔਰ ਕੰਸੀਵ ਕਰਕੇ ਉਹਨੂੰ ਕੀ ਕਹਿੰਦੇ ਨੇ ਧਰਾਤਲ 'ਤੇ ਰੱਖਣਾ, ਇਹਦੀ ਬੜੀ ਵੱਡੀ ਚੀਜ਼ ਹੈਗੀ ਹੈ। ਇੱਕ ਹੋਰ ਛੋਟੀ ਜਿਹੀ ਗੱਲ ਮੈਂ ਦੱਸਣਾ ਚਾਹੁੰਦਾ, ਮੈਂ ਨਾ ਇੱਕ ਉੱਤਰ ਪ੍ਰਦੇਸ਼ ਕਲਿਆਣ ਪਰਿਸ਼ਦ ਨਾਲ ਵੀ ਜੁੜਿਆ, ਉਹਦੇ 'ਚ ਇੱਕ ਕੀ ਕਹਿੰਦੇ ਨੇ ਵਿਕਟਮ ਕੀ ਕਹਿੰਦੇ ਟੈਰਰਿਸਟ ਵਿਕਟਮ ਹੈਗੀ ਸੀ, ਉਹਨੂੰ 8 ਸਾਲ ਤੋਂ ਪੈਨਸ਼ਨ ਰੁਕ ਗਈ ਸੀ ਉਹਦੀ, ਔਰ ਉਸ ਰੁਕਣ ਦੇ ਵਿਚਕਾਰ ਉਹ ਸਾਡੇ ਜਿਹੜੇ ਸਾਥੀ ਲੋਕ ਹੈਗੇ ਨੇ ਇੱਥੇ ਚੱਕਰ ਲਗਾਉਂਦੇ ਰਹੇ ਔਰ ਬੜੇ ਚੱਕਰ ਉਹਨਾਂ ਨੇ ਲਗਾਏ, ਕੋਈ ਸਾਲ ਡੇਢ ਸਾਲ ਚੱਕਰ ਪਹਿਲੇ ਉਹ ਲਗਾਉਂਦੀ ਰਹੀ ਜਿਹੜੀ ਆਪਣਾ ਵਿਧਵਾ ਹੈਗੀ ਸੀ, ਉਹਦੇ ਬਾਅਦ ਉਹ ਲਗਾਉਂਦੇ ਰਹੇ। ਫਿਰ ਮੇਰੇ ਦਿਮਾਗ 'ਚ ਆਇਆ, ਮੈਂ ਕਿਹਾ ਦਿਮਾਗ 'ਚ ਆ ਕਿ ਡੀ ਸੀ ਸਾਹਿਬ ਵਰਗਾ ਨਾ ਆਪਣਾ ਅੱਛਾ ਆਦਮੀ ਨੇਕ ਆਦਮੀ ਨਹੀਂ ਕੋਈ ਹੈਗਾ। ਮੈਂ ਇਹਨਾਂ ਨੂੰ ਜਸਟ ਕੀ ਕਹਿੰਦੇ ਨੇ ਵਟਸਐਪ ਕਰ ਦਿੱਤਾ ਕਿ ਐਸਐਸਐਨ ਦਾ ਹੈ ਔਰ ਉਹਦੀ ਬੈਂਕ ਪਾਸਬੁੱਕ ਕਰ ਦਿੱਤਾ, ਤੁਸੀਂ ਦੇਖੋ ਕਿ ਮੈਂ ਤਕਰੀਬਨ 8:30-9 ਵਜੇ ਕੀਤਾ, ਉਹ ਜਿਹੜਾ ਡੀਲਿੰਗ ਹੈਂਡ ਹੈਗਾ ਉਹਦਾ ਕੀ ਕਹਿੰਦੇ ਨੇ ਸਾਡੇ ਜਿਹੜੇ ਬੰਦੇ ਆਉਂਦੇ ਸੀ ਉਹਨਾਂ ਨੂੰ ਟੈਲੀਫੋਨ ਚਲਾ ਗਿਆ ਕਿ ਉਹ ਮੈਨੂੰ ਫਾਈਲ ਲੱਭ ਪਈ ਹੈਗੀ ਹੈ। ਤੁਸੀਂ ਆ ਕੇ ਕੀ ਕਹਿੰਦੇ ਲਿਖੋ ਔਰ ਤੁਸੀਂ ਹੈਰਾਨ ਹੋਵੋ ਕਿ ਉਹਨੂੰ 4,60,000 ਰੁਪਇਆ ਮਿਲਿਆ ਸਿਰਫ ਇਹਨਾਂ ਦੀ ਮਿਹਰਬਾਨੀ ਨਾਲ, ਉਹਦੀ ਕਿੰਨੀਆਂ ਸੀਸਾਂ ਮਿਲੀਆਂ ਹੋਣਗੀਆਂ, ਇਹ ਇਹਨਾਂ ਦਾ ਕੀ ਕਹਿੰਦੇ ਨੇ ਇੱਕ ਉਪਰਾਲਾ। ਸਾਡੇ ਕੋਲ ਨਾਕਲਾਂ ਦੇ ਵਿੱਚ ਜਿਸ ਵੇਲੇ ਆਏ ਸਨ ਅਤੇ ਉੱਥੇ ਸੜਕ ਦੀ ਬੜੀ ਪ੍ਰੋਬਲਮ ਸੀ, ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਜਿਹੜਾ ਸੜਕ ਜਿਹੜੀ ਹੈਗੀ ਹੈ ਇਹ ਆਪਣਾ ਇੰਡਸਟਰੀਅਲ ਏਰੀਆ ਹੈ ਉਹਦੇ 'ਚ, ਇਹ ਉੱਥੋਂ ਨਿਕਲ ਕੇ ਇਹਨਾਂ ਨੇ ਸਾਡੇ ਖੋਸਲਾ ਸਾਹਿਬ ਇੱਕ ਪ੍ਰੈਜ਼ੀਡੈਂਟ ਹੈਗੇ ਨੇ ਉਹਨਾਂ ਨਾਲ ਇਹਨਾਂ ਨੇ ਗੱਲਬਾਤ ਕੀਤੀ ਵੀ ਉਸ ਦੇ ਪ੍ਰੋਗਰੈਸ ਵਿੱਚ, ਔਰ ਇਹਨਾਂ ਨੇ ਇਨੀਸ਼ੀਏਟ ਕਰਕੇ ਔਰ ਉਸ ਸੜਕ ਦਾ ਵੀ ਕੀ ਕਹਿੰਦੇ ਸਾਡਾ ਉਪਰਾਲਾ ਕਰਾਇਆ। ਮੈਂ ਸਮਝਣਾ ਕਿ ਸਾਡੇ ਸਾਰਿਆਂ ਨੂੰ ਜਿਹੜੇ ਵੀ ਕੀ ਕਹਿੰਦੇ ਨੇ ਪਰਮਾਤਮਾ ਜੀ ਇਹਨਾਂ ਨੇ ਤਾਂ ਬਖਸ਼ਿਸ਼ ਕੀਤੀ ਹੋਈ ਹੈ ਇਹੋ ਜਿਹੇ ਪ੍ਰੋਗਰਾਮਾਂ ਦੇ ਵਿਚਕਾਰ, ਰੈੱਡ ਕਰਾਸ ਦੇ ਦੁਆਰਾ ਜਾਂ ਇਹਨਾਂ ਦੇ ਨਾਲ ਜਿਹੜਾ ਵੀ ਕੁਛ ਕੋਈ ਪ੍ਰੋਗਰਾਮ ਕੋਈ ਬੰਦਾ, ਸਾਨੂੰ ਰਲ ਮਿਲ ਕੇ ਇਸ ਆਪਣਾ ਕੰਮ ਨੂੰ ਕਰਨਾ ਚਾਹੀਦਾ। ਔਰ ਮੈਂ ਪ੍ਰੋਮਿਸ ਕਰਨਾ ਕਿ ਅਗਰ ਇਹੋ ਜਿਹੇ ਹੋਰ ਵੀ ਕੋਈ ਹੋਣਗੇ ਤਾਂ ਅਸੀਂ ਹੋਰ ਲੋਕਾਂ ਨੂੰ ਵੀ ਆਪਣਾ ਪ੍ਰੇਰਿਤ ਕਰਕੇ ਇਸ ਕੰਮ ਦੇ ਵਿੱਚ ਇਹਨਾਂ ਦਾ ਪੂਰਾ ਸਹਿਯੋਗ ਕਰਾਂਗੇ। ਜਨਾਬ ਇਹਨਾਂ ਨੇ ਕਿਹਾ ਸਾਡੇ ਉਮਰ ਤੱਕਰ, ਮੈਂ ਤਾਂ ਕਹਿੰਦਾ ਕਿ ਤਾਂ ਉਮਰ ਜਿੰਨੀ ਦੇਰ ਤੱਕ ਕੀ ਕਹਿੰਦੇ ਨੇ ਸੰਸਾਰ ਵਸਿਆ ਹੈ ਉੱਨੀ ਦੇਰ ਤੱਕ ਪਰਮਾਤਮਾ ਦੀ ਬਖਸ਼ਿਸ਼ ਚਾਹੀਦੀ ਉਸ ਮਾਲਕ ਦੀ, ਅਤੇ ਇਹ ਤਾਂ ਕੁਛ ਹੈ ਹੀ ਨਹੀਂ, ਬੜਾ ਘੱਟ ਖਰਚਾ ਹੈਗਾ, ਕੋਈ ਗੱਲ ਨਹੀਂ ਹੈਗੀ, ਚੱਲੇਗਾ, ਬਹੁਤ ਚੱਲੇਗਾ। ਆਦਮੀ ਆਪਣੇ ਵਾਸਤੇ ਤਾਂ ਹਰ ਕੋਈ ਕਰਦਾ ਹੈ, ਹਾਂ ਹੈ ਨਾ, ਆਪਣਾ ਕੀ ਕਹਿੰਦੇ ਨੇ ਜੋ ਲੜੇ ਦੀਨ ਕੇ ਹਿੱਤ, ਪੁਰਜਾ ਕੱਟ ਮਰੇ ਲੜੇ ਦੀਨ ਕੇ ਹਿੱਤ, ਉਹ ਜਿਹੜਾ ਸਾਰਿਆਂ ਵਾਸਤੇ ਅਸੀਂ ਅਗਰ ਜਿਹੜੇ ਸਾਡੇ ਸਾਥੀ ਜਿਹੜੇ ਭਰਾ ਨੇ ਸਾਡੇ ਉੱਤੇ ਰੱਬ ਨੇ ਬਖਸ਼ਿਸ਼ ਕੀਤੀ, ਅਸੀਂ ਇਹ ਸਪੋਂਸਰ ਕਰ ਰਹੇ ਹਾਂ, ਸਾਡੇ ਉਹ ਜਿਹੇ ਵੀ ਬੰਦੇ ਹੈਗੇ ਨੇ ਜਿਹਨਾਂ ਨੂੰ ਨਹੀਂ ਰੱਬ ਨੇ ਦਿੱਤਾ, ਸਿਰਫ ਜਨਮ ਹੀ ਲਿਆ ਨਾ ਇਹਨਾਂ ਦੇ ਕਰਮ, ਜਨਮ ਲਿਆ ਹੋਰ ਹੋ ਗਿਆ ਇਹਨਾਂ ਦੇ, ਜਨਮ ਲਿਆ ਹੋਰ ਕਰ ਗਿਆ, ਹੈ ਤਾਂ ਸਾਰੇ ਇਨਸਾਨ ਨੇ, ਸਭ ਮਨੁੱਖੀ ਨੇ, ਸਭ ਕੀ ਕਹਿੰਦੇ ਨੇ ਮਹਾਰਾਜ ਜੀ ਦੀ ਜਿਹੜੀ ਹੈਗੀ ਕਿ ਇੱਕ ਜਾਤ ਮਨੁੱਖ ਪਹਿਚਾਣੋ, ਤਾਂ ਉਸ ਹਿਸਾਬ ਨਾਲ ਸਾਨੂੰ